ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਪੰਜਾਬੀ ਖਬਰਾਂ ਤੇ ਸਬਲਿਟਿਨ 'ਚ ਤੁਹਾਡਾ ਸਵਾਗਤ ਹੈ ਆਓ ਚਾਤ ਮਾਰਦੇ ਹਾਂ ਅੱਜ ਦੀਆਂ ਪ੍ਰਮੁੱਖ ਸੁਰਖੀਆਂ ਤੇ ਸਪਰੀਮ ਕੋਰਟ ਵੱਲੋਂ ਨਿਯੁਕਤ ਤਕਨੀਕੀ ਕਮੇਟੀ ਨੇ ਇੱਕ ਜਨਤਕ ਨੋਟਿਸ ਜਾਰੀ ਕਰਕੇ ਨਾਗਰਿਕਾਂ ਨੂੰ ਕਿਹਾ ਹੈ ਕਿ ਜੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਮੋਬਾਈਲ ਫੋਨ ਵਿੱਚ ਪੈਗਾਸਸ ਮਾਲਵੇਅਰ ਤੋਂ ਸੰਨ ਲੱਗੀ ਹੈ ਤਾਂ ਉਹ ਅੱਗੇ ਆਉਣ ਤੇ ਕਮੇਟੀ ਨਾਲ ਸੰਪਰਕ ਕਰ ਨੋਟਿਸ ਵਿੱਚ ਅਜਿਹੇ ਨਾਗਰਿਕਾਂ ਨੂੰ ਉਹ ਕਾਰਨ ਵੀ ਦੱਸਣ ਲਈ ਕਿਹਾ ਗਿਆ ਹੈ ਜਿਸ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਉਪਕਰਨ ਵਿੱਚ ਪੈਗਾਸਸ ਸੌਫਟਵੇਅਰ ਰਾਹੀਂ ਸੰਨ ਲੱਗੀ ਹੈ ਅਤੇ ਉਹ ਤਕਨੀਕੀ ਕਮੇਟੀ ਨੂੰ ਇਹਨਾਂ ਉਪਕਰਨਾਂ ਦੀ ਪੜਤਾਲ ਕਰਾਉਣ ਦੀ ਇਜਾਜ਼ਤ ਦੇਣ ਵਿੱਚ ਸਥਿਤੀ ਵਿੱਚ ਹਨ ਦਿੱਲੀ ਦੇ ਮੋਕਮੰਟਰੀ ਅਰਵਿੰਦ ਕੇਜਰੀਵਾਲ ਨੇ ਲਖਨਊ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਦੀ ਜੋਗੀ ਸਰਕਾਰ ਸਮੇਤ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਵੰਡਿਆ ਉਹਨਾਂ ਕਿਹਾ ਕਿ 2017 ਵਿੱਚ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਨੇ ਕਿਹਾ ਸੀ ਕਿ ਕਬਰਸਥਾਨ ਵਧਣਾ ਚਾਹੀਦਾ ਹੈ ਤੇ ਸ਼ਮਸ਼ਾਨ ਵੀ ਵਧਣਾ ਚਾਹੀਦਾ ਹੈ ਪੁਰਾਣੀਆਂ ਸਰਕਾਰਾਂ ਨੇ ਯੂਪੀ 'ਚ ਸ਼ਮਸ਼ਾਨ ਅਤੇ ਕਬਰਸਥਾਨ ਬਣਵਾਏ ਸਾਨੂੰ ਉੱਤਰ ਪ੍ਰਦੇਸ਼ 'ਚ ਮੌਕਾ ਦਿਓ ਅਸੀਂ ਸਕੂਲ ਅਤੇ ਹਸਪਤਾਲ ਬਣਾ ਦੇਵਾਂਗੇ ਉਤਰ ਪ੍ਰਦੇਸ਼ ਦੇ ਲਕੀਮਪੁਰ ਖੀਰੀ ਜ਼ਿਲ੍ਹੇ ਦੇ ਤਕੁਨਿਆ ਖੇਤਰ ਵਿੱਚ ਪਿਛਲੇ 3 ਅਕਤੂਬਰ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਦੋ ਹੋਰ ਜਾਨਿਆਂ ਨੂੰ ਗ੍ਰਿਫਤਾਰ ਕੀਤਾ ਹੈ ਸਿੱਟ ਤੋਂ ਦੋਵਾਂ ਨੂੰ ਲੰਗੀ ਸ਼ਾਮ ਗ੍ਰਿਫਤਾਰ ਕੀਤਾ ਹੈ ਜਿਕਰ ਜੋਗ ਹੈ ਕਿ ਤਕੁਨਿਆ ਇਲਾਕੇ ਵਿੱਚ 3 ਅਕਤੂਬਰ ਨੂੰ ਕਿਸਾਨ ਅੰਦੋਲਨ ਦੌਰਾਨ ਪੜੀ ਹਿੰਸਾ ਚ 4 ਕਿਸਾਨ ਅਤੇ ਇੱਕ ਪੱਤਰਕਾਰ ਅਤੇ ਭਾਜਪਾ ਦੇ ਦੋ ਕਾਰਕੁਨਾ ਤੇ ਇੱਕ ਚਾਲਕ ਦੀ ਮੌਤ ਹੋ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ ਤੇ ਹਮਲਾ ਕਰਦਿਆ ਕਿ ਇਸ ਪਾਰਟੀ ਦੀ ਪਿਛਲੀ ਸਰਕਾਰ ਦੇ ਕਾਰਜਕਾਲ ਚ ਅਪਰਾਧੀ ਅਤੇ ਮਾਫੀਆ ਸੂਬੇ ਚ ਗੈਰ ਕਾਨੂੰਨੀ ਕਬਜ਼ੀਆਂ ਦੇ ਟੂਰਨਾਮੈਂਟ ਖਿੜਦੇ ਸਨ ਭਾਰ ਮੌਜੂਦਾ ਭਾਜਪਾ ਸਰਕਾਰ ਹੁਣ ਉਹਨਾਂ ਨੇ ਜੇਲ੍ਹ-ਜੇਲ ਖਿੜ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰ ਤੇ ਸਰਧਰਨਾ ਚ 700 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਉੱਤਰ ਪ੍ਰਦੇਸ਼ ਦੀ ਪਹਿਲੀ ਮੇਜਰ ਧਿਆਨ ਚਾਂਦ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮਗਰੋਂ ਰੈਲੀ ਨੂੰ ਸੰਬੋਧਨ ਕੀਤਾ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਦਵਿੰਦੀ ਘਟਨਾਵਾਂ ਨੂੰ ਲੈ ਕੇ ਕਾਂਗਰਸ ਸਰਕਾਰ ਤੇ ਵੱਡਾ ਹਮਲਾ ਬੋਲਿਆ ਸੁਖਵੀਰ ਨੇ ਕਿਹਾ ਕਿ ਹਰਮੰਦਰ ਸਾਹਿਬ ਚਬਾਪਰੀ ਘਟਨਾ ਨੂੰ ਲੈ ਕੇ ਬੱਚਾ ਵੀ ਬਰਦਾਸ਼ਤ ਨਹੀਂ ਕਰ ਸਕਦਾ ਪਰ ਅਸੀਂ ਕਿਵੇਂ ਕਰੀਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ 2 ਦਿਨਾਂ ਵਿੱਚ ਜਾਂਚ ਕਰਨ ਦੀ ਗੱਲ ਆਖੀ ਸੀ ਪਰ ਅੱਜ ਤੱਕ ਕੁਝ ਨਹੀਂ ਹੋਇਆ 3 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ 'ਚ ਬੇਅਦਬੀ ਹੋਈ ਸੀ ਸੰਗਤਾਂ ਵੱਲੋਂ ਪੁਲਿਸ ਨੂੰ ਦੋਸ਼ੀ ਫੜਾਇਆ ਗਿਆ ਸੀ ਪਾਰ ਪੰਜਾਬ ਸਰਕਾਰ ਨੇ ਕੋਈ ਵੀ ਕਾਰਵਾਈ ਕਰਨ ਦੀ ਬਜਾਏ ਦੋਸ਼ੀ ਨੂੰ ਸਿੱਧਾ ਜੇਲ੍ਹ ਭੇਜ ਦਿੱਤਾ 15 ਸਤੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਗੁਟਕਾ ਸਾਹਿਬ ਨੂੰ ਸਰੋਵਰ ਵਿੱਚ ਸੁੱਟਿਆ ਗਿਆ ਐਸਜੀਪੀਸੀ ਨੇ ਮਲਜ਼ਮ ਨੂੰ ਫੜ ਕੇ ਪੁਲਿਸ ਨੂੰ ਸੂਚਿਤ ਕੀਤਾ ਪਰ ਕਿੰਨੀ ਦੇਰ ਤੱਕ ਜਦੋਂ ਪੁਲਿਸ ਨਹੀਂ ਆਈ ਤਾਂ ਐਸਜੀਪੀਸੀ ਨੇ ਖੁਦ ਮਲਜ਼ਮ ਨੂੰ ਥਾਣੇ ਪਹੁੰਚਾਇਆ ਕਾਰਵਾਈ ਕਰਨ ਦੀ ਬਜਾਏ ਅਗਲੇ ਦਿਨ ਹੀ ਮਲਜ਼ਮ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਗਵਾੜਾ ਦੀ ਦਾਣਾ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਤੇ ਦੋਸ਼ ਲਾਏ ਕਿ ਉਹਨਾਂ ਵੱਲੋਂ ਕੇਂਦਰੀ ਏਜੰਸੀਆਂ ਦੀ ਵਰਤੋਂ ਸਿਆਸੀ ਵਿਰੋਧੀ ਤੇ ਬਾਹ ਮਰੋੜਨ ਤੇ ਉਹਨਾਂ ਨੂੰ ਅਦਲਾ ਬਦਲੀ ਲਈ ਮਜਬੂਰ ਕਰਨ ਲਈ ਕੀਤੀ ਜਾ ਰਹੀ ਹੈ ਸਿੱਧੂ ਇਥੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨਾ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਖੁਲਾਸਾ ਕੀਤਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸੈਨ ਚਾਰਜ ਰਾਗਵ ਚੱਡਾ ਦੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਫਸਰ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮੁੱਖ ਮੰਤਰੀ ਚੰਨੀ ਨੇ ਮਜੀਠੀਆ ਨੂੰ ਗ੍ਰਿਫਤਾਰ ਨਾ ਕਰਨ ਦੇ ਹੁਕਮ ਪੰਜਾਬ ਪੁਲਿਸ ਨੂੰ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਸਿਰਫ ਉਹ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਹੀ ਮਜੀਠੀਆ ਖਿਲਾਫ ਐਫਆਰ ਦਰਜ ਕੀਤੀ ਹੈ ਅਤੇ 2 ਹਫਤੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਅਜੇ ਤੱਕ ਮਜੀਠਿਆ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਸੰਯੁਕਤ ਅਕਾਲੀ ਦਲ ਦੇ ਮੁਖ ਬਲਾਰੇ ਨਿਡਤਕ ਸਿੰਘ ਬਰਾੜ ਮੋਗਾ ਵਿਖੇ ਆਪਣੀ ਨਿਵਾਸ ਸਥਾਨ ਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸਿਖਾਵਤ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਨਿਡਤਕ ਸਿੰਘ ਬਰਾੜ ਸਾਬਕਾ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਹਨ। ਪਾਈ ਜੈਟ ਦੇ ਯਾਤਰੀ ਜਹਾਜ਼ ਵੱਲੋਂ ਗੁਜਰਾਤ ਦੇ ਰਾਜਕੋਟ ਏਟੀਸੀ ਦੀ ਲਾਜ਼ਮੀ ਇਜਾਜ਼ਤ ਤੋਂ ਬਿਨਾਂ ਉਡਾਨ ਭਰਨ ਦੇ ਮਾਮਲੇ ਦੀ ਹਵਾ ਬਾਜੀ ਰੈਗੂਲੇਟਰੀ ਡੀਜੀਸੀਏ ਨੇ ਜਾਂਚ ਦੇ ਹੁਕਮ ਦਿੱਤੇ ਹਨ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਪਹਿਲਾਂ ਹਵਾਈ ਜਹਾਜ਼ ਨੂੰ ਏਟੀਸੀ ਤੋਂ ਕਈ ਇਜਾਜ਼ਤਾਂ ਲੈਣੀਆਂ ਪੈਂਦੀਆਂ ਹਨ ਅਧਿਕਾਰੀਆਂ ਨੇ ਨੋਟ ਕੀਤਾ ਹੈ ਕਿ ਪਾਇਲਟਾਂ ਨੇ 30 ਦਸੰਬਰ ਨੂੰ ਰਾਜਕੋਟ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਪਹਿਲਾਂ ਹੀ ਏਟੀਸੀ ਦੀ ਲੋਡਿੰਗ ਦੀ ਮਨਜ਼ੂਰੀ ਨਹੀਂ ਲਈ ਸੀ 9 ਸਾਲ ਵਾਲੇ ਦਿਨ ਟਾਂਡਾ ਵਿਖੇ ਸੜੀਆਂ ਬਰਾਮਦ ਹੋਈਆਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਸੁਲਝਾ ਲਿਆ ਇਸ ਮਾਮਲੇ ਵਿੱਚ ਪੁਲਿਸ ਨੇ ਬਜ਼ੁਰਗ ਜੋੜੇ ਦੀ ਨੂੰ ਅਤੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਮਿਲ ਕੇ ਬਜ਼ੁਰਗ ਜੋੜੇ ਨੂੰ ਲੂ ਕੰਡੇ ਖੜਨ ਕਰਨ ਦੇਣ ਵਾਲੀ ਮੌਤ ਦਿੱਤੀ ਸੀ ਜੇ ਸੰਬੰਧੀ ਮੁਕੱਦਮਾ ਨੰਬਰ 267 ਮਿਤੀ 28 11 2021 454 380 ਥਾਣਾ ਟਾਂਡਾ ਅਣਪਛਾਤੇ ਵਿਅਕਤੀਆਂ ਦਾ ਦਰਜਾ ਪੁੱਛਗਿੱਛ ਜਾਰੀ ਹੈ ਨਵਿਆ ਤੇ ਤਾਜ਼ਾ ਖਬਰਾਂ ਦਾ ਬੁਲੇਟਿਨ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਅਗੰਦੇ ਸਿੰਘ ਅਨੰਦਪੁਰੀ ਦੇ ਨੂੰ ਦਿਓ ਆਜ਼ਾਦ ਸੱਸ਼ਿਆਕਾਲ